ਗੱਲਾਂ ਕਰਨੀਆਂ ਕਹੂੰਗਾ ਤੇ ਕਰਨੀਆਂ ਗੱਲਾਂ ਦੇ ਵਿੱਚ ਬਹੁਤ ਕੁਛ ਹੁੰਦਾ ਗਾ ਯਾਰ। ਜੇ ਇੱਕ ਮੈਂ ਇੱਕ ਗੱਲ ਕਹਿੰਦਾ, ਮੈਂ ਮਾਤਾ ਗੇ ਮਾਤਾ ਗਾ ਤੇ ਬਾਪੂ ਜੀ ਆ, ਬੇਬੇ ਬਾਪੂ ਆ, ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਂਦੇ ਹੋ। ਜੇ ਯਾਰ ਜੇ ਤੁਹਾਨੂੰ ਦਿਲ ਦਾ ਭੇਤ ਦੇ ਦਿੰਦੇ ਆ ਨਾ, ਇਹਨਾਂ ਨੇ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੀ ਜੀ ਆਏ, ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ, ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ। ਇੰਸਟਾਗ੍ਰਾਮ ਖੋਲੂ ਉੱਥੇ ਰੌਲਾ, ਯੂਟਿਊਬ ਖੋਲੂ ਉੱਥੇ ਰੌਲਾ, ਫੇਸਬੁੱਕ ਖੋਲੂ ਉੱਥੇ ਰੌਲਾ। ਯਾਰ ਜੇ ਤੁਹਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜ਼ਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ। ਤੁਹਾਡੇ ਚ ਹਾਜ਼ਮਾ ਹੈ ਨੀ, ਚੰਨ ਵਿਆਹਾਂ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ? ਉਹਦੇ 5 ਸਟੰਟ ਪੈ ਗਏ ਬੰਦੇ ਦੇ, ਮਾਤਾ ਵੀ ਬਿਮਾਰ ਰਹਿੰਦੇ ਆ, ਸਰਪੰਚ ਸਾਹਿਬ ਦੇ ਵੀ ਸਟੰਟ ਪੈ ਗਏ। ਯਾਰ ਕਿਉਂ ਉਹਨਾਂ ਨੂੰ ਟਾਰਚਰ ਕਰਿਆ ਤੁਸੀਂ? ਕਿਉਂ ਉਹਨਾਂ ਦੇ ਦਿਮਾਗ ਤੇ ਬੋਝ ਬਣਿਆ? ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ, ਖੁਸ਼ਖਬਰੀ ਆਉਣ ਵਾਲੀ, ਖੁਸ਼ਖਬਰ ਜਿੱਦੇ ਆਉਣੀ ਹੈ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ। ਮੈਂ ਤਾਂ ਇੱਕੋ ਹੀ ਗੱਲ ਕਹਿੰਦਾ ਬੇਬੇ ਬਾਪੂ ਨੂੰ ਵੀ ਛਿੱਤਰ ਮਾਰਿਆ ਕਰੋ ਇਹੋ ਜਿਹੇ ਬੰਦਿਆਂ ਦੇ। ਇਹਨਾਂ ਨੂੰ ਇਹ ਨਾ ਦੱਸਿਆ ਕਰੋ ਵੀ ਆਹ ਗੱਲ ਇਹੋ ਜਿਹੀ ਜਿਹੜੀ ਤੁਹਾਡੇ ਘਰੇ ਆ ਕੇ ਤੁਹਾਡਾ ਭੇਤ ਲੈ ਕੇ ਸੋਸ਼ਲ ਮੀਡੀਆ ਤੇ ਇਜ਼ਹਾਰ ਕਰਦੇ ਆ, ਜੇ ਬੰਦਿਆਂ ਦੇ ਛਿੱਤਰ ਮਾਰਿਆ ਕਰੋ ਟਕਾ ਕੇ, ਇਹ ਫੇਰ ਲੋਟ ਆਉਣਗੇ। ਲੱਖ ਲਾਹਨਤ ਦੀ ਗੱਲ ਆ ਯਾਰ, ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ। ਤੁਸੀਂ ਕੱਲ ਦੇ ਲੱਗੇ ਹੋ ਹਰ ਇੱਕ ਚੀਜ਼ ਦੇ ਉੱਤੇ, ਜਾ ਦਿਲ ਆਏ ਤੇਰੇ ਦੀ ਦਹ ਤੇਰੇ ਦੀ, ਮਾੜੀ ਮੋਟੀ ਸ਼ਰਮ ਮੰਨੋ ਯਾਰ। 4 ਵਿਊਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਖੰਗਾਲ ਕਰ ਰਹੇ ਹੋ? ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੰਨੀ ਖੁਰਦੂ ਪੱਟਤਾ ਜੀ ਆਹ ਹੋਣ ਵਾਲਾ ਹੋਣ ਵਾਲਾ ਹੋਣ ਵਾਲਾ, ਯਾਰ ਲੱਖ ਲਾਹਨਤ ਤੁਹਾਡੇ ਤੇ ਇਹੋ ਜਿਹੇ ਤੇ ਹੋਏ।